ਇਹ ਵਿਚਾਰਧਾਰਾਵਾਂ ਤਾਂ ਪਰੰਪਰਾਗਤ ਰਾਜਨੀਤੀ ਦੇ ਕਾਲ ਦੌਰਾਨ ਉਤਪਨ ਅਤੇ ਵਿਕਸਿਤ ਹੋਈਆਂ ਸਨ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਵਿਚਾਰਧਾਰਾਵਾਂ ਸੀ ਇਨ੍ਹਾਂ ਵਿਚਾਰਧਾਰਾਵਾਂ ਤੋਂ ਇਲਾਵਾ ਅਨੇਕਾਂ ਹੀ ਮਹੱਤਵਪੂਰਨ ਨਵੀਆਂ ਵਿਚਾਰਧਾਰਾਵਾਂ ਨਵੇਂ ਯੁੱਗ ਦੇ ਵਿੱਚ ਉਪਜ ਸੰਨ ਠੀਕ ਹੈ ਉਦਾਹਰਨ ਵਜੋਂ ਜਿਵੇਂ ਉਦਾਰਵਾਦ ਹੋ ਗਿਆ ਲਿਬਰੇਲਿਜ਼ਮ ਹੋ ਗਿਆ ਨਵ ਉਦਾਰਵਾਦ ਹੋ ਗਿਆ ਵਿਵਾਰਵਾਦ ਹੋ ਗਿਆ ਇਸਤਰੀਵਾਦ ਉਹ ਇਸਤਰੀਵਾਦ ਹੋ ਗਿਆ ਆਧ ਵਰਗੇ अनेका ਰਾਜਨੀਤਿਕ ਵਿਚਾਰਧਾਰਨਾਵਾਂ ਨੇ ਰਾਜਨੀਤੀ ਸ਼ਾਸਤਰ ਦੇ ਸਾਹਿਤ ਨੂੰ ਬਹੁਤ ਗਿਆ ਅਮੀਰ ਕੀਤਾ ਅਤੇ ਛੋਟੀਆਂ ਵੱਡੀਆਂ ਸਿਧਾਂਤਕ ਰਾਜਨੀਤੀ ਸੰਸਾਰ ਵਿੱਚ ਕਏ ਪ੍ਰਵੇਸ਼ ਕਰ ਰਹੀਆਂ ਹਨ ਕਿ ਹੋਰ ਵੀ ਬਹੁਤ ਸਾਰੀਆਂ ਵਿਚਾਰਧਾਰਨਾਵਾਂ ਨੇ ਛੋਟੀਆਂ ਵੱਡੀਆਂ ਜਿਹੜਾ ਰਾਜਨੀਤਿਕ ਸੰਸਾਰ ਵਿੱਚ ਪ੍ਰਵੇਸ਼ ਕਰ ਰਹੀਆਂ ਹਨ ਇੰਨਾਂ ਸਾਰੀਆਂ ਅਜਿਹਿਆਂ ਵਿਚਾਰਧਾਰਨਾਵਾਂ ਦਾ ਰਾਜਨੀਤਿਕ ਅਧਿਐਨ ਆਧੁਨਿਕ ਰਾਜਨੀਤੀ ਵਿਗਿਆਨ ਹੀ ਦੇ ਸਕਦਾ ਹੈ ਅਜਿਹਿਆਂ ਰਾਜਨੀਤਿਕ ਵਿਚਾਰਧਾਰਨਾਵਾਂ ਦੇ ਵੱਖ-ਵੱਖ ਸਿਧਾਂਤ ਅਤੇ ਵੱਖ-ਵੱਖ ਉਦੇਸ਼ ਹਨ ਇੰਨਾਂ ਧਾਰਨਾਵਾਂ ਸੰਬੰਧੀ ਬਹੁ ਭਕੇ ਜਾਣਕਾਰੀ ਰਾਜਨੀਤੀ ਸ਼ਾਸਤਰ ਦੇ ਅਧਿਐਨ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਨੈਕਸਟ ਪੁਆਇੰਟ ਹੈ ਅੰਤਰਰਾਸ਼ਟਰੀ ਸੰਗਠਨਾਂ ਦਾ ਗਿਆਨ ਅੰਤਰਰਾਸ਼ਟਰੀ ਸੰਗਠਨਾਂ ਦਾ ਗਿਆਨ ਕਿ ਅੰਤਰਰਾਸ਼ਟਰੀ ਖੇਤਰ ਵਿੱਚ ਅਲੱਗ-ਅਲੱਗ ਸਰੂਪ ਦੀਆਂ ਕਈ ਅੰਤਰਰਾਸ਼ਟਰੀ ਸੰਸਥਾਵਾਂ ਸਥਾਪਿਤ ਹੋਈਆਂ ਨੇ ਠੀਕ ਹੈ ਕਿ ਇੰਟਰਨੈਸ਼ਨਲ ਸੰਗਠਨਾ ਵਿੱਚ ਕਿ ਸੰਯੁਕਤ ਰਾਸ਼ਟਰ ਹੋ ਗਿਆ ਯੂ ਐਨ ਸੰਤਰਾਸ਼ਟਰੀ ਕਿਰਤ ਸੰਘ ਹੋ ਗਿਆ ਵਿਸ਼ਵ ਸਿਹਤ ਸੰਗ ਹੋ ਗਿਆ ਸੰਯੁਕਤ ਰਾਸ਼ਟਰ ਵਿਦਿਅਕ ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ ਹੋ ਗਿਆ ਅੰਤਰਰਾਸ਼ਟਰੀ ਮੁੰਦਰਾ ਨੀਤੀ ਆਦ ਕੁਝ ਮਹੱਤਵਪੂਰਨ ਅੰਤਰਰਾਸ਼ਟਰੀ ਸੰਗਠਨ ਹਨ ਅਜਿਹੇ ਅੰਤਰਰਾਸ਼ਟਰੀ ਸੰਗਠਨਾਂ ਦੀ ਜਿਹੜੀ ਪੂਰਨ ਜਾਣਕਾਰੀ ਹੈ ਉਹ ਰਾਜਨੀਤੀ ਸ਼ਾਸਤਰ ਦੇ ਅਧਿਐਨ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਜੇਕਰ ਆਪਾਂ ਨੇ ਇਹਨਾਂ ਦੇ ਕਿਸੇ ਬਾਰੇ ਵੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੈ ਕੋਈ ਵੀ ਸੰਗਠਨਾਂ ਬਾਰੇ ਭਾਵੇਂ ਸੰਯੁਕਤ ਰਾਸ਼ਟਰ ਹੈ ਅੰਤਰਰਾਸ਼ਟਰੀ ਕਿਰਤ ਸੰਘ ਹੈ ਠੀਕ ਹੈ ਵਿਸ਼ਵ ਸਿਹਤ ਸੰਘ ਹੈ ਸਾਰੇ ਬਾਰੇ ਆਪਾਂ ਰਾਜਨੀਤੀ ਸ਼ਾਸਤਰ ਦੇ ਅਧਿਐਨ ਤੋਂ ਪ੍ਰਾਪਤ ਕਰਕੇ ਆਪਾਂ ਜਾਣਕਾਰੀ ਕੀ ਪ੍ਰਾਪਤ ਕਰ ਸਕਦੇ ਹਾਂ ਨੈਕਸਟ ਪੁਆਇੰਟ ਵਰਤਮਾਨ ਸਮੱਸਿਆਵਾਂ 'ਤੇ ਉਹਨਾਂ ਨੂੰ ਹੱਲ ਕਰਨਾ ਰਾਜਨੀਤੀ ਸ਼ਾਸਤਰ ਠੋਸ ਸਿਧਾਂਤਾਂ ਉੱਤੇ ਆਧਾਰਿਤ ਹੈ ਤੇ ਉਹਨਾਂ ਸਿਧਾਂਤਾਂ ਨੂੰ ਵਰਤਮਾਨ ਸਮੱਸਿਆਵਾਂ ਉੱਤੇ ਲਾਗੂ ਕਰਕੇ ਸਮੱਸਿਆਵਾਂ ਨੂੰ ਸੁਲਝਾਇਆ ਜਾ ਸਕਦਾ ਹੈ ਜੋ ਨਾਗਰਿਕਾਂ ਤੇ ਸ਼ਾਸਕਾਂ ਨੂੰ ਇਹ ਪਤਾ ਹੈ ਕਿ ਉਹਨਾਂ ਨੂੰ ਦੇਸ਼ਾਂ ਵਿੱਚ ਕਿਹੜੇ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ ਤਾਂ ਦੇਸ਼ ਵਿੱਚ ਰਾਜਨੀਤਿਕ ਤਰੱਕੀ ਬਹੁਤ ਸਤੋਕ ਜਨਕ ਹੋਵੇਗੀ ਜੇ ਸ਼ਾਸਕ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਕਦਮ ਚੁੱਕਣਾ ਤਾਂ ਕੋਈ ਕਾਰਨ ਨਹੀਂ ਕਿ ਦੇਸ਼ ਵਿਦੇਸ਼ ਦੀਆਂ ਵਰਤਮਾਨ ਸਮੱਸਿਆਵਾਂ ਹੱਲ ਨਾ ਹੋ ਸਕਣ ਨੈਕਸਟ ਪੁਆਇੰਟ ਤੇ ਲਾਸਟ ਪੁਆਇੰਟ ਹੈ ਵਿਦਿਆਰਥੀਆਂ ਅਤੇ ਯੁਕਾਂ ਲਈ ਵਿਸ਼ੇਸ਼ ਕਰਕੇ ਜ਼ਰੂਰੀ ਕਿ ਰਾਜਨੀਤੀ ਸ਼ਾਸਤਰ ਵਿਦਿਆਰਥੀਆਂ ਲਈ ਵਿਸ਼ੇਸ਼ ਕਰਕੇ ਹੋਰ ਵੀ ਲਾਭਕਾਰੀ ਅਤੇ ਜ਼ਰੂਰੀ ਹੈ ਕਿ ਅੱਜ ਦੇ ਵਿਦਿਆਰਥੀ ਨੇ ਕੱਲ ਦਾ ਨਾਗਰਿਕ ਅਤੇ ਸ਼ਾਸਕ ਬਣਨਾ ਵਿਦਿਆਰਥੀਆਂ ਤੇ ਯੋਗ ਕਹੀ ਦੇਸ਼ ਦੇ ਭਵਿੱਖ ਦੇ ਵਾਰਿਸ ਹਨ ਵਿਦਿਆਰਥੀਆਂ ਨੂੰ ਜਿੱਥੇ ਰਾਜਨੀਤਿਕ ਵਿਚਾਰਧਾਰਨਾਵਾਂ ਰਾਜਨੀਤਿਕ ਪ੍ਰਣਾਲੀਆਂ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਉੱਥੇ ਹੀ ਉਹਨਾਂ ਅੰਦਰ ਆਦਰਸ਼ ਨਾਗਰਿਕਤਾ ਦੇ ਗੁਣਾਂ ਦਾ ਵੀ ਸਰਪੱਖੀ ਵਿਕਾਸ ਹੋਣਾ ਜ਼ਰੂਰੀ ਹੈ ਕਿ ਰਾਜਨੀਤੀ ਸ਼ਾਸਤਰ ਦੇ ਅਧਿਐਨ ਦੁਆਰਾ ਜਿੱਥੇ ਵਿਦਿਆਰਥੀਆਂ ਨੂੰ ਪੂਪੱਕੀ ਗਿਆਨ ਮਿਲਦਾ ਹੈ ਉੱਥੇ ਹੀ ਉਹਨਾਂ ਨੂੰ ਆਦਰਸ਼ ਨਾਗਰਿਕ ਬਣ ਦੀ ਵੀ ਪ੍ਰੇਰਣਾ ਮਿਲਦੀ ਹੈ ਇਸ ਤਰ੍ਹਾਂ ਦਾ ਸਮਾਜਿਕ ਵਿਗਿਆਨ ਯੋਗਕਾਂ ਜੋ ਕਿਸੇ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀ ਨਹੀਂ ਹਨ ਲਈ ਉਹਨਾਂ ਲਈ ਵੀ ਲਾਭਦਾਇਕ ਹੈ ਜਿੰਨਾ ਕਿ ਭਵਿੱਖ ਦੇ ਵਾਰਸਾਂ ਲਈ ਇਸ ਦਾ ਗਿਆਨ ਹੋਣਾ ਜ਼ਰੂਰੀ ਹੈ ਜਿੰਨਾ ਕਿ ਭਵਿੱਖ ਦੇ ਵਾਰਸਾਂ ਲਈ ਇਸ ਦਾ ਗਿਆਨ ਹੋਣਾ ਜ਼ਰੂਰੀ ਹੈ ਜੇਕਰ ਅਸੀਂ ਆਪਣੇ ਦੇਸ਼ ਭਾਰਤ ਦੇ ਵਰਤਮਾਨ ਰਾਸ਼ਾਜਨਕ ਹਾਲਾਤ ਦੇਖੀਏ ਤਾਂ ਸਾਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਵੇਗਾ ਕਿ ਸਾਡੇ ਭਾਰਤੀ ਯੋਗਕਾਂ ਨੂੰ ਠੀਕ ਰੂਪ ਵਿੱਚ ਅਤੇ ਠੀਕ ਵਿਧੀ ਦੁਆਰਾ ਰਾਜਨੀਤੀ ਵਿਗਿਆਨ ਦਾ ਸਰਪੱਖੀ ਗਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ ਸੰਖੇਪ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਰਾਜਨੀਤੀ ਸ਼ਾਸਤਰ ਇੱਕ ਮਹਾਨ ਉਪਜੋਗੀ ਵਿਸ਼ਾ ਹੈ ਇਸ ਵਿਸ਼ੇ ਦੇ ਅਧਿਐਨ ਦੁਆਰਾ ਮਨੁੱਖ ਵਿੱਚ ਅਜਿਹੇ ਗੁਣ ਉਤਪੰਨ ਹੁੰਦੇ ਹਨ ਜੋ ਲੋਕਤੰਤਰ ਦੀ ਸਫਲਤਾ ਅਤੇ ਸਰਪੱਖੀ ਮਨੁੱਖਤਾ ਵਿੱਚ ਸਾਂਝ ਬਣਾਉਂਦੇ ਹਨ ਮਨੁੱਖੀ ਸੱਭਿਆਚਾਰ ਦਾ ਜੋਗ ਵਿਕਾਸ ਅਤੇ ਮਨੁੱਖੀ ਸੱਭਿਆਚਾਰ ਦੀ ਰੱਖਿਆ ਲਈ ਰਾਜਨੀਤੀ ਸ਼ਾਸਤਰ ਦਾ ਅਧਿਐਨ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ ਦੇਖ ਸਕਦੇ ਹੈ ਅੱਜ ਦਾ ਆਪਣਾ ਟੌਪਿਕ ਸਮਾਪਤ ਹੁੰਦਾ ਹੈ